ਇਹ ਵੇਖ ਲਓ ਜੀ, 2 ਸਾਲ ਪੁਰਾਣੀ ਗੱਲ ਨੂੰ ਅੱਜ ਯਾਦ ਕਰਵਾਇਆ ਮਹਾਂਪੁਰਸ਼ਾਂ ਨੇ। ਕਈ ਵਾਰੀ ਅਸੀਂ ਮਾਯੂਸ ਵੀ ਹੋ ਜਾਂਦੇ ਹਾਂ ਕਈ ਥਾਵਾਂ ਤੋਂ, ਜਦੋਂ ਕਦੀ ਅਸੀਂ ਕੀਰਤਨ ਕਰਦੇ ਕਰਦੇ ਕਦੇ ਕੋਈ ਬਚਨ ਕਰਨ ਦਾ ਯਤਨ ਕਰਦੇ ਹਾਂ ਅਤੇ ਕੁਝ ਪ੍ਰਬੰਧਕ ਸੱਜਣ ਸਾਨੂੰ ਕਹਿ ਦਿੰਦੇ ਭਾਈ ਸਾਹਿਬ ਤੁਸੀਂ ਕੀਰਤਨ ਹੀ ਕਰਿਆ ਕਰੋ, ਵਿੱਚ ਨਾ ਬੋਲਿਆ ਕਰੋ। ਪਰ ਦੇਖੋ ਅੱਜ ਮਹਾਰਾਜ ਦੀ ਕਿਰਪਾ ਹੋਈ, ਜੇ ਅਸੀਂ ਦਾਸ ਨੇ ਕੁਝ ਬੇਨਤੀ ਕੀਤੀ ਅਤੇ ਮਹਾਂਪੁਰਸ਼ਾਂ ਨੇ ਉਹਨੂੰ ਲਾਗੂ ਕੀਤਾ ਅਤੇ ਮਨ ਵਿੱਚ ਬਹੁਤ ਖੁਸ਼ੀ ਹੋਈ ਹੈ। ਸੋ ਸਤਿਸੰਗ ਜੀਓ, ਬਹੁਤ ਕੁਝ ਇਸ ਤਰ੍ਹਾਂ ਦਾ ਸਾਡੇ ਆਲੇ ਦੁਆਲੇ ਹੁੰਦਾ, ਜੇ ਇੱਕ ਇੱਕ ਚੀਜ਼ ਨੂੰ ਅਸੀਂ ਆਪਣੀ ਡਿਊਟੀ ਸਮਝ ਕੇ ਸੇਵਾ ਕਰਦੇ ਜਾਈਏ ਅਤੇ ਗੁਰੂ ਕੇ ਦਰਬਾਰ ਦੀਆਂ ਸਹੀ ਸੇਵਾਵਾਂ ਹੋ ਸਕਦੀਆਂ ਹਨ। ਕੁਝ ਸਮਾਂ ਪਹਿਲਾਂ ਦਾਸ ਇੱਕ ਜਗ੍ਹਾ 'ਤੇ ਗਿਆ ਸੀ, ਜਿਹਦਾ ਮੈਂ ਨਾਮ ਲਵਾਂਗਾ, ਉਹ ਚੰਗਾ ਨਹੀਂ। ਉੱਥੇ ਵੀ ਦਾਸ ਨੇ ਬੇਨਤੀ ਕੀਤੀ ਸੀ, ਭਾਈ ਅੱਜ ਸੰਗਤਾਂ ਅਰਦਾਸ ਅਤੇ ਹੁਕਮਨਾਮਾ ਨਹੀਂ ਸੁਣਦੀਆਂ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰ ਆਇਆ, ਭਾਈ ਤੁਸੀਂ ਇਹ ਜਿਹੜੇ ਨਾਮ ਨੇ ਨਾ, ਇਹ ਨਾਮ ਵਿੱਚ ਨਾ ਬੋਲਿਆ ਕਰੋ, ਕਿਉਂਕਿ ਮੈਂ ਸੰਗਤਾਂ ਕੋਲ ਪੁੱਛਿਆ ਸੀ ਭਾਈ ਤੁਸੀਂ ਕਿਉਂ ਨਹੀਂ ਆਪਣਾ ਅਰਦਾਸ ਸੁਣਦੇ ਹੁੰਦੇ। ਉਹ ਕਹਿੰਦੇ ਭਾਈ ਸਾਹਿਬ ਕੀ ਕਰੀਏ, ਅਰਦਾਸ ਤਾਂ ਹੁੰਦੀ ਹੈ 3-4 ਮਿੰਟਾਂ ਦੀ ਅਤੇ 17 ਮਿੰਟ ਵਿੱਚ ਨਾ ਗਿਣਦਿਆਂ ਲਾ ਦਿੰਦੇ, ਅਸੀਂ ਇਸ ਕਰਕੇ ਚਲੇ ਜਾਂਦੇ। ਫਿਰ ਉਸ ਗੁਰਦੁਆਰੇ ਅਸੀਂ ਬੇਨਤੀ ਕਰ ਆਏ ਸਾਂ, ਉੱਥੇ ਵੀ ਦਾਸ ਦੀ ਬੇਨਤੀ ਉਹਨਾਂ ਨੇ ਸਵੀਕਾਰ ਕਰ ਲਈ ਸੀ। ਹੁਣ ਇੱਥੇ ਵੀ ਜਿਤਨੀਆਂ ਸੰਗਤਾਂ ਬੈਠੀਆਂ, ਮੈਂ ਸਭ ਨੂੰ ਬੇਨਤੀ ਕਰੂੰਗਾ ਭਾਈ ਆਪਣੇ ਆਪਣੇ ਜਿਹੜੇ ਨਾਮ ਵੀ ਅਰਦਾਸਾਂ ਵਿੱਚ ਬੁਲਾਉਣੇ ਹਨ ਨਾ ਵੱਡਿਆਂ ਸਮਾਗਮਾਂ 'ਤੇ ਜਾਂ ਗੁਰਦੁਆਰੇ ਵਿੱਚ, ਇਹਨੂੰ ਆਪਾਂ ਘਟਾਈਏ। ਮੈਂ ਮਹਾਂਪੁਰਸ਼ ਬਾਬਾ ਹਰਦੇਵ ਸਿੰਘ ਲੂਲੋਵਾਲ ਵਾਲਿਆਂ ਨੂੰ ਕਥਾ ਕਰਦਿਆਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਜਿਹੜਾ ਦਾਣਾ ਮਿੱਟੀ ਦੇ ਵਿੱਚ ਰਲ ਜਾਂਦਾ ਹੈ ਨਾ ਉਹੋ ਹੀ ਉੱਗਦਾ, ਅਤੇ ਜਿਹੜਾ ਦਾਣਾ ਅਸੀਂ ਉੱਤੇ ਹੀ ਸੁੱਟ ਦਈਏ ਉਹਨੂੰ ਕਾਂ ਚਿੜੀਆਂ ਚੁੱਕ ਕੇ ਲੈ ਜਾਂਦੇ। ਉਹਨਾਂ ਇਹਦਾ ਮਤਲਬ ਇਹ ਕੱਢਿਆ ਸੀ ਵੀ ਜੇ ਅਸੀਂ ਕੋਈ ਸੇਵਾ ਕੀਤੀ ਹੈ ਗੁਰੂ ਘਰ ਵਿੱਚ ਤਾਂ ਸਾਡਾ ਫਰਜ਼ ਇਹ ਬਣਦਾ ਵੀ ਉਹਨੂੰ ਛੁਪਾਈਏ ਲੁਕਾਈਏ, ਕਿਉਂਕਿ ਦੱਦਾ ਦਾਤਾ ਇਹ ਕਹਿ ਸਭ ਕੋ ਦੇਵਣਹਾਰ, ਦੇਣ ਵਾਲਾ ਤਾਂ ਵਾਹਿਗੁਰੂ, ਆਪਾਂ ਤਾਂ ਸਾਰੇ ਸੇਵਾਦਾਰ ਹਾਂ। ਪਰ ਜਦੋਂ ਅਸੀਂ ਸੰਗਤਾਂ ਵਿੱਚ ਉੱਚੀ ਉੱਚੀ ਬੁਲਾ ਦਿੰਦੇ ਹਾਂ ਨਾ ਮੈਂ ਇੰਨੀ ਸੇਵਾ ਕੀਤੀ ਹੈ, ਅਤੇ ਉਦੋਂ ਮਹਾਰਾਜ ਬਾਬਾ ਜੀ ਕਹਿੰਦੇ ਸੀ ਵੀ ਹੰਕਾਰ ਦੀ ਭਾਵਨਾ ਆ ਹੀ ਜਾਂਦੀ ਹੈ ਮਾੜੀ ਮੋਟੀ, ਅਤੇ ਉਹ ਦਾਣਾ ਬਹੁਤਾ ਫਲੀ ਭੂਤ ਨਹੀਂ ਹੁੰਦਾ, ਕਿਉਂਕਿ ਮਾੜਾ ਬੰਦਾ ਸੋਚ ਲੈਂਦਾ ਵੀ ਹੁਣ ਇਹਨੇ ਤਾਂ ਇੰਨੇ ਦਿੱਤੇ ਮੈਂ ਕਿਹੜੇ ਬੰਨੇ ਜਾਵਾਂ। ਸੋ ਇਸ ਤਰ੍ਹਾਂ ਸਾਨੂੰ ਕੁਝ ਨਾ ਕੁਝ ਅੱਗੇ ਤੋਂ ਹੋਰ ਧਿਆਨ ਕਰਕੇ ਛੁਪਾਉਣਾ ਚਾਹੀਦਾ ਆਪਣੀ ਕੀਤੀਆਂ ਸੇਵਾਵਾਂ ਨੂੰ। ਮਹਾਂਪੁਰਸ਼ਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਐਡਾ ਵੱਡਾ ਮੈਸੇਜ, ਜੋ ਅਸੀਂ ਵੀ ਨਹੀਂ ਕਰ ਸਕਦੇ ਕਿਉਂਕਿ ਆਪ ਜੀ ਬਹੁਤ ਮਹਾਂਪੁਰਸ਼ਾਂ ਨੂੰ ਇਕਾਗਰਤਾ ਨਾਲ ਸਰਵਣ ਕਰ ਰਹੀਆਂ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ, ਤੋ ਆਪ ਇਹਨਾਂ ਸਾਰੀ ਬੇਨਤੀਆਂ ਨੂੰ ਬੜੇ ਪਿਆਰ ਨਾਲ ਸਰਵਣ ਕੀਤਾ, ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਹੋਰ ਵੀ ਸੰਗਤਾਂ ਇਹਨਾਂ ਚੀਜ਼ਾਂ ਵੱਲ ਖਿਆਲ ਕਰਨ, ਆਓ ਆਪਾਂ ਸਾਰੇ ਹੁਣ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰਬ ਕਲਾ ਸੰਗਤ
ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਸ ਗੁਰੂ ਗਰੀਬ ਨਿਵਾਸ ਗਰੀਬ ਬਸੰਤ ਆਜ ਹਮਾਰੇ ਗ੍ਰਹ ਬਸੰਤ ਆਜ ਹਮਾਰੇ ਗ੍ਰਹ ਬਸੰਤ ਆਜ ਆਜ ਹਮਾਰੇ
हर हर नाम जपंतिया कछ न कहे जमका
ਗੋਪਾਲ ਪੌੜੀ ਹਰ ਕਾ ਨਾਮ ਧਿਆਇ ਕੈ ਬਹੁ ਮਰਿ ਪਾਈ ਕਰਮ ਲਖਨ ਤੇ ਪਾਈਐ ਤੇ ਹਰ ਸਮਾਈ ਪੰਤ ਪਰਮੋਲਿਆ ਅੰਮ੍ਰਿਤ ਪੰਗ ਪਾਈ ਸਭ ਸੇ ਪੁਜੈ ਲਖੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨ ਧਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨ ਧਾਈ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ ਵੰਤਰਨ ਤ੍ਰੈ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਧਾਈ ਜੀਤ ਲੈ ਓਏ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੁ ਨਾਨਕ ਮਨ ਭਇਆ ਪ੍ਰਗਾਸਾ ਆਇਆ ਪਦ ਨਿਰਮਾਣ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਚ ਪਾਣ ਵਿੱਚ ਗਈ ਉਖੜੋਆ ਰੋਗ ਸੋਗ ਸਭ ਮਿਟ ਗਏ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ ਨਿਤ ਨਵਾਂ ਰੋਆ ਦਿਨ ਰਹਿਣ ਨਾਮ ਤੇ ਆਏਗਾ ਨਾਮ ਕਾ ਸੋਈ ਬੇਰ ਹੋ ਸੋਈ ਬੇਰ ਹੋ ਆ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਿ ਪਾਇਨ ਦਿਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋ ਦਿਨ ਰਹਿਣ ਨਾਮ ਤੇ ਆਏਂਦਾ ਫਿਰ ਪਾਏ ਨਾਮੋ ਜਿਸ ਤੇ ਉਪਜਿਆ ਨਾਨਕਾ ਸੋਈ ਸੋਈ ਫਿਰ ਹੋ
ਤਨ ਮਾਇਆ ਪਾਹਿਆ ਪਿਆਰੇ ਲੀਤ ਡਲਾ ਗੁਰਗਾਏ ਇਹ ਤਨ ਮਾਇਆ ਪਾਹਿਆ ਪਿਆਰੇ ਲੀਤ ਡਲਾ ਗੁਰਗਾਏ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਕਿਉਂ ਤਨ ਸੇਜ ਜਾਏ ਕਿਉਂ ਤਨ ਸੇਜ ਜਾਏ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਕੰਤ ਤੇ ਨਾ ਕਹਿ ਪਾਸ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਕੰਤ ਤੇ ਨਾ ਕਹਿ ਪਾਸ ਕਾਇਆ ਰੰਗਣ ਜੇਠੀ ਪਿਆਰੇ ਪਾਈਏ ਨਾਮ ਜੀਠ ਕਾਇਆ ਰੰਗਣ ਜੇਠੀ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨੰਦੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨੰਦ
सत संगत मिले सो तरिया मेरे माधो जी सत संगत मिले सो तरिया Thank you.
काहे रे मन चित में उद्दम काहे रे मन चित में उद्दम जा आगर मार जीव पर सैल पत्थर में जंत उपाए सैल पत्थर में जंत उपाए ताकर जग आगे कर तरिया ताकर जग आगे कर तरिया कर जुक आग कर तरे मेरी माधो जी सत संत मिले सो तरे मेरी माधो जी सत संत मिले सो तरे जनन पिता लोक सुत बनता कोई न किस की तरिया सिर सिर रिजक संभाहे ठाकुर काहे मन पाव करे मन में सिमरन करिया मन में सिमरन करिया मन में सिमरन करिया माधो जी सत्संग मिले सो करिया सत्संग मिले सो करिया दस अष्ट सिद्धां सब दस अष्ट सिद्धां ठाकुर कर तल तरिया जन नानक बल बल सत बल जाइए संगत मिले सो तरिया
ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਮਿਲੇ ਸੋ ਤਰਿਆ। ਪਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।